ਇਹ ਤੇ 6 ਹੋ ਗਏ, ਇੱਕ ਹੋਰ ਹੈਗਾ ਜਿਹੜਾ ਕਿ ਤੁਹਾਨੂੰ ਪਤਾ ਸੀ ਕੈਲੰਡਰ ਥੱਲੇ ਪ੍ਰੋਜੈਕਟ ਕਰਦੇ ਆ ਟੀਵੀ ਤੇ, ਹਰ ਸਾਲ ਅਸੀਂ ਕਿੰਨੇ ਕੈਲੰਡਰ ਛਪਵਾਉਂਦੇ ਵੀ ਹਾਂ ਤੇ ਅਸੀਂ ਜਿਹੜਾ ਫਾਲੋ ਕਰ ਰਹੇ ਹਾਂ ਇੱਥੇ ਇਸ ਗੁਰਦੁਆਰੇ ਦੇ ਵਿੱਚ, ਅਸੀਂ ਮਤਾ ਪਾਸ ਕਰਕੇ ਕੀਤਾ ਹੋਇਆ ਪਹਿਲਾਂ ਦਾ, ਅਸੀਂ ਉਹ ਜਿਹੜਾ ਕੈਲੰਡਰ ਫਾਲੋ ਕਰਦੇ ਹਾਂ ਉਸ ਕੈਲੰਡਰ ਨੂੰ 2003 ਵਿੱਚ ਪਾਸ ਕੀਤਾ ਗਿਆ ਸੀ, ਉਹ ਨਾਨਕਸ਼ਾਹੀ ਕੈਲੰਡਰ ਹੈ ਓਰੀਜਨਲ ਪਹਿਲਾ, ਉਹ ਪੂਰੇ ਵਾਲ ਹੋਰਾਂ ਨੇ ਜਿਹੜੇ ਕੈਨੇਡਾ ਚ ਨੇ ਉਹਨਾਂ ਨੇ ਫਾਈਨਲਾਈਜ਼ ਕਰਕੇ ਸਾਡੇ ਸਾਹਮਣੇ ਪੇਸ਼ ਕੀਤਾ ਹੈ ਤੇ ਅਸੀਂ ਇਹੀ ਕਹਿ ਦਿੰਦੇ ਹਾਂ 2003 ਵਾਲਾ ਪੂਰੇ ਵਾਲ ਵਾਲਾ ਨਾਨਕਸ਼ਾਹੀ ਕੈਲੰਡਰ ਅਸੀਂ ਉਹਨੂੰ ਮੰਨਣਾ ਹੈ। ਅਸੀਂ ਸਾਰੇ ਮਿਡ ਵੈਸਟਰਨ ਦੇ ਗੁਰਦੁਆਰੇ ਸਾਰੇ ਸੰਤਾਂ ਅਸੀਂ ਇਸ ਪੁਰ ਜ਼ੋਰ ਕਹਿੰਦੇ ਹਾਂ ਕਿ ਅਸੀਂ ਉਹੀ ਕੈਲੰਡਰ ਨੂੰ ਫਾਲੋ ਕਰਾਂਗੇ। ਸਾਨੂੰ ਪਤਾ ਹੋਣਾ ਚਾਹੀਦਾ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਕਦੋਂ ਹੋਇਆ, ਇਹ ਨਹੀਂ ਕੋਈ ਕਹਿੰਦਾ ਕੱਲ ਜੇ ਕੋਈ ਕਹਿੰਦਾ ਪਰਸੋਂ ਸੀ ਪਿੱਛੇ, ਉਹ ਨਹੀਂ ਹੋਣਾ ਚਾਹੀਦਾ। ਸੋ ਅਸੀਂ ਇਹ ਡਿਸਾਈਡ ਕਰ ਲਿਆ ਕਿ ਅਸੀਂ ਉਸ ਕੈਲੰਡਰ ਨੂੰ ਮੰਨਣਾ ਹਰ ਜਗ੍ਹਾ ਤੇ ਤੇ ਬਾਪੂ ਸੂਰਜ ਸਿੰਘ ਦੇ ਸੰਘਰਸ਼ ਨੂੰ ਸਮਰਥਨ ਦੇਣਾ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਠੋਸ ਕਦਮ ਚੁੱਕਣੇ ਹਨ। ਬਾਪੂ ਸੂਰਜ ਸਿੰਘ ਜੀ ਜਿਹੜੇ ਅੱਜ ਉੱਥੇ ਜੂਝ ਰਹੇ ਨੇ ਸਾਡੇ ਵਾਸਤੇ, ਸਾਡਾ ਫਰਜ਼ ਬਣਦਾ ਹੈ ਅਸੀਂ ਉਹਨਾਂ ਨੂੰ ਸਪੋਰਟ ਕਰੀਏ, ਅਸੀਂ ਉਹਨਾਂ ਦਾ ਸਾਥ ਦਈਏ। ਤੇ ਉਹ ਕਾਹਦੇ ਵਾਸਤੇ ਕਰ ਰਹੇ ਨੇ, ਕਿਉਂ ਉਹਨਾਂ ਨੇ ਭੁੱਖ ਹੜਤਾਲ ਕੀਤੀ ਹੋਈ ਹੈ ਸਾਨੂੰ ਵੀ ਪਤਾ, ਤੁਹਾਨੂੰ ਵੀ ਪਤਾ। ਉਹ ਬੰਦੀ ਸਿੰਘਾਂ ਨੂੰ ਜਿਹਨਾਂ ਦੀ ਸਾਰਾ ਕੁਛ ਸਦਾ ਵੀ ਭੁਗਤ ਲਈ ਹੈ, 10-10 ਸਾਲ ਹੋ ਗਏ ਨੇ, ਉਹਨਾਂ ਨੂੰ ਗੌਰਮੈਂਟ ਹਾਲੀ ਵੀ ਨਹੀਂ ਛੱਡ ਰਹੀ। ਮੇਰਾ ਖਿਆਲ ਹੈ ਇਹਨਾਂ ਸਾਰਾ ਮਦਦ ਦੇ ਵਾਸਤੇ ਤੁਸੀਂ ਸਾਡੇ ਮਿਸਲ ਨਾਲ ਸਹਿਮਤ ਹੋ, ਸਾਡੀ ਜਿਹੜੀ ਹੈ ਮਿਡ ਵੈਸਟਰਨ ਦੀ ਗੈਦਰਿੰਗ ਹੋਈ ਹੈ ਇਹਨਾਂ ਦੇ ਨਾਲ ਸਹਿਮਤ ਹੋ ਤਾਂ ਵੱਜ ਕੇ ਆਪਣਾ ਜੀ ਵੀ ਤੁਸੀਂ ਵੀ ਹੱਥ ਹੀ ਖੜਾ ਕਰੋ, ਪਤਾ ਤਾਂ ਲੱਗੇ। ਇਹਨਾਂ ਸ਼ਬਦਾਂ ਦੇ ਨਾਲ ਮੈਂ ਜੀ ਆਇਆਂ ਵੀ ਕਹਿੰਦੀ ਹਾਂ ਸਾਰਿਆਂ ਨੂੰ, ਸਾਡੇ ਮਹਿਮਾਨਾਂ ਨੂੰ, ਤੇ ਬਹੁਤ ਮਿਹਨਤ ਕਰਕੇ ਇਹਨਾਂ ਲੜਾਈ ਕਰਕੇ ਆਏ ਨੇ, ਬੇਆਰਾਮੀ ਚ ਰਹੇ ਨੇ, ਆਉਂਦੇ ਹੀ ਅਸੀਂ ਮੀਟਿੰਗ ਬਿਠਾ ਦਿੱਤਾ ਸੀ, ਬਟ ਪਲੀਜ਼ ਇਟਸ ਵਰਥ ਇਟ। ਹਾਲੀ ਵੀ ਸਾਡਾ ਕੰਮ ਖਤਮ ਨਹੀਂ ਹੋਇਆ, ਅਸੀਂ ਇਸ ਤੋਂ ਬਾਅਦ ਹੁਣ ਅਸੀਂ ਸ਼ਬਦ ਕੀਰਤਨ ਸੁਣਾਂਗੇ ਬਾਬਾ ਸੂਰਜ ਸਿੰਘ ਜੀ ਦੀਆਂ ਬੇਟੀਆਂ ਕੋਲੋਂ, ਫਿਰ ਬਸ 15-20 ਮਿੰਟਾਂ ਦੀ ਗੱਲ ਹੈ, ਫਿਰ ਦੀਵਾਨ ਖਤਮ ਹੋ ਜਾਣਗੇ ਤੇ ਉਸ ਤੋਂ ਬਾਅਦ ਵੀ ਅਸੀਂ ਮਿਲਣਾ ਹੈ ਥੱਲੇ ਲੰਗਰ ਪਾਣੀ ਛੱਕ ਕੇ, ਅਸੀਂ ਫਿਰ ਬਹਿਣਾ ਹੈ, ਜਲਦੀ ਜਲਦੀ ਜਾਣ ਦੀ ਕੋਸ਼ਿਸ਼ ਨਾ ਕਰਨਾ ਘਰਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਹਿਬ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਦੇ ਦਰਬਾਰ ਦੀਆਂ ਜਿਨ੍ਹਾਂ ਨੇ ਵਿਸਤਾਰ ਦੇ ਵਿੱਚ ਜੋ ਮਤੇ ਪਾਸ ਹੋਏ ਨੇ ਅਤੇ ਆਪ ਨੇ ਉਹਨਾਂ 'ਤੇ ਮੋਹਰ ਲਾਈ ਹੈ, ਉਹਦੀ ਜਾਣਕਾਰੀ ਦਿੱਤੀ ਹੈ। ਅੰਤ ਵਿੱਚ ਜਿਹੜੇ ਜਿਹੜੇ ਗੁਰੂ ਘਰਾਂ ਨੇ ਸਾਡੀ ਇਸ ਆਵਾਜ਼ ਦੇ ਨਾਲ ਆਪਣੀ ਆਵਾਜ਼ ਸਾਂਝੀ ਕੀਤੀ ਹੈ ਉਹਨਾਂ ਦੀ ਰੈਕਗਨੀਸ਼ਨ, ਪਹਿਲਾ ਗੁਰਦੁਆਰਾ ਹੈ ਓਕ ਕ੍ਰੀਕ ਵਿਸਕਾਂਸਨ, ਸਿੱਖ ਸੁਸਾਇਟੀ ਆਫ ਵਿਸਕਾਂਸਨ ਐਪਲਟਨ, ਸਿੱਖ ਸੁਸਾਇਟੀ ਆਫ ਵਿਸਕਾਂਸਨ ਬਰੁੱਕਫੀਲਡ, ਸੰਗਤ ਸਿੰਘ ਸਭਾ ਸਿਲਵਿਸ, ਸਿੱਖ ਸੁਸਾਇਟੀ ਆਫ ਸਿਨਸਿਨਾਟੀ ਓਹਾਇਓ, ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਪਲੇਨਫੀਲਡ ਇੰਡੀਆਨਾ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਗੁਰਦੁਆਰਾ ਗ੍ਰੀਨਵੁੱਡ ਇੰਡੀਆਨਾ, ਗੁਰੂ ਨਾਨਕ ਦਰਬਾਰ ਫਿਸ਼ਰ ਇੰਡੀਆਨਾ, ਕਰਾਊਨ ਪੁਆਇੰਟ ਗੁਰਦੁਆਰਾ ਇੰਡੀਆਨਾ, ਗੁਰਦੁਆਰਾ ਸਾਹਿਬ ਸ਼ਿਕਾਗੋ ਡਿਵਾਨ ਐਵਨਿਊ, ਸੰਗਤ ਇਲਨੋਇਸ ਸਿੱਖ ਕਮਿਊਨਿਟੀ ਸੈਂਟਰ ਵੀਟਨ, ਗੁਰਦੁਆਰਾ ਸਾਹਿਬ ਡੈਵਨਪੋਰਟ,
Sikh Society of Michigan, Sterling Heights, Singh Sabha, Canton, Sangat, Sikh Gurdwara of Rochester, Rochester, Michigan, Gurdwara, Grand Rapids, Michigan. So, ਇਹਨਾਂ ਸਾਰਿਆਂ ਨੇ ਆਪਣੀ ਸਹਿਮਤੀ ਜਾਂ ਨੁਮਾਇੰਦੇ ਭੇਜੇ ਨੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅੰਤ ਵਿੱਚ ਤੁਹਾਡੇ ਸਨਮੁਖ ਹੁੰਦਿਆਂ ਦਾਸ ਕੋਲੋਂ ਕੋਈ ਭੁੱਲ ਹੋਈ ਹੋਵੇ ਤਾਂ ਖਿਮਾ ਦਾ ਜਾ ਚੁੱਕੇ, ਮੇਰੀਆਂ ਭੁੱਲਾਂ ਮੇਰੇ ਵਿੱਚ ਝੋਲੀ ਪਾ ਕੇ ਨਿਵਾਜ ਲੈਣਾ। ਅੰਤ ਵਿੱਚ ਇੱਕੋ ਹੀ ਗੱਲ ਸਤਿਗੁਰੂ ਦੇ ਸੁਨੇਹ ਵਾਲੀ ਤੁਹਾਨੂੰ ਕਹਿਣੀ ਹੈ, ਅਸੀਂ ਉਸ ਅਵਸਥਾ ਤੱਕ ਪਹੁੰਚ ਜਾਈਏ ਜਿਨ੍ਹਾਂ ਨੂੰ ਗੁਰਬਾਣੀ ਦੇ ਵਿੱਚ ਨਿਵਾਜੇ ਹੋਏ ਕਹਿੰਦੇ ਨੇ, ਅਤੇ ਉਹਨਾਂ ਦੀ ਨਿਸ਼ਾਨੀ ਜਿਸੇ ਨਿਵਾਜੇ ਗੁਰਮੁਖ ਸਾਜੇ ਨਾਮ ਵਸੇ ਤਿਸ ਅਨਹਦ ਵਾਜੇ ਤਿਸ ਹੀ ਸੁੱਖ ਤਿਸ ਹੀ ਠੁਕਰਾਈ ਤਿਸੇ ਨਾਮ ਜਮ ਨੇੜਾ ਸਤਿਗੁਰੂ ਬਖਸ਼ਿਆ ਕਰਨ ਰਹਿਮਤਾਂ ਕਰਨ। ਚੜ੍ਹਦੀ ਕਲਾ ਦੇ ਵਿੱਚ ਸਰਬੱਤ ਦੇ ਭਲੇ ਦੀ ਮੰਗ ਕਰਦੇ ਹੋਏ ਹਮੇਸ਼ਾ ਵਿਚਰਦੇ ਰਹੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੋ ਸੋ ਨਿਹਾਲ। ਸਾ
वाहेगुरु जी की फतेह। वाहेगुरु जी का खालसा।